तेरी तो शाम तक दिहाड़ी 14,000 की पै जानी सी। 20,000 ट्राला दस्या तू, 9,000 का खर्चा लगभग 9-10,000 तू कमा जाना सी। गरीब मार करदे दस। लाइसेंस तेरे कोल हैगा? नहीं, तुहाडे कोल कोई चीज है नहीं। जे बाई दे वे कोई मिसअप नहीं हो जाए, जिम्मेवारी कहदी है इस चीज दे विच? एस एम डॉक्यूमेंट नहीं, डॉक्यूमेंट एस एम अवेलेबल तेरे कोल किन्ने ने? गड्डी दे पूरे ने। गड्डी दे पूरे ने? गड्डी मैं क्या दिखा दे पेपर? पेपर तो दिखा दो सानू। एक भीरे ओवरलोड, भीरे एक ओवरलोड विदाउट लाइसेंस तुसी चलदे पए हो, फिर उत्तों तुसी कहिंदे गरीब मार करदे आ। इहदे जे तुहाडा ही बच्चा कहिंदे गड्डी दे थल्ले आ जावे ना, तुसी अग ला दोगे उहनूं? साडे इत्थे असीं हंडा के देखिया चीजां। ओह हांजी, गल क्यों ना होवे जी, प्रधान साहिब। हांजी प्रधान जी, ਤੁਸੀਂ ਕਹਿ ਰਹੇ ਸੀਗੇ ਵੀ ਕੁਛ ਲੁੱਟ ਹੋ ਰਹੀ ਆ ਰੇਤਾ ਦੇ ਲੈ ਕੇ, ਥੋੜਾ ਜਿਹਾ ਜਾਣਾ ਪਾ ਦਈਏ ਆਪਾਂ। ਸਤਿਕਾਰਯੋਗ ਸਾਥੀਓ, ਸਾਡੇ ਕੱਲ ਤੋਂ ਅਸੀਂ ਇੱਥੇ ਮੋਰਚਾ ਲਾਇਆ ਆ, ਰਾਤ ਦਿਨ ਦਾ ਮੋਰਚਾ ਚੱਲਦਾ ਸਾਡੀਆਂ ਜਥੇਬੰਦੀਆਂ ਵੱਲੋਂ। ਬੜੇ ਲੰਬੇ ਸਮੇਂ ਤੋਂ ਅਸੀਂ ਕਹਿ ਰਹੇ ਹਾਂ ਵੀ ਰੇਤਾ ਦੇ ਵਿੱਚ ਬਹੁਤ ਵੱਡੀ ਮਾਈਨਿੰਗ ਚੱਲ ਰਹੀ ਆ। ਮਾਈਨਿੰਗ ਜਿਹੜਾ ਮਾਫੀਆ ਆ ਰੇਤਾ ਦੇ ਵਿੱਚ ਐਡੇ ਵੱਡੇ ਪੱਧਰ ਤੇ ਆ ਜਿਹਦੀ ਕੋਈ ਹੱਦ ਨਹੀਂ ਹੈ। ਹੁਣ ਆ ਟਰਾਲਾ ਲੈ ਕੇ ਆਇਆ ਸਾਥੀ, ਇਹਦੇ ਕੋਲ ਨਾ ਤਾਂ ਆਪਣਾ ਕੋਲ ਲਾਇਸੈਂਸ ਆ, ਨਾ ਇਹ ਟਰਾਲੇ ਦਾ ਸਾਨੂੰ ਕਾਗਜ਼ ਦਿਖਾਉਂਦਾ। ਚਲੋ ਸਾਡਾ ਉਹ ਰਾਈਟ ਨਾ ਦਿਖਾਵੇ, ਪੁਲਿਸ ਆ ਉਹ ਦੇਖ ਲਊਗੀ। ਦੂਜਾ ਇਹ ਮਤਲਬ ਆ ਜਿਹੜੀ ਪਰਚੀ ਕੱਟੀ ਹੋਈ ਆ, ਆਹ ਜਿਹੜੀ ਪਰਚੀ ਆ ਇਹ 11 ਸੈਂਕੜੇ ਦੀ ਆ, ਪਰ ਜਿਹੜਾ ਇਹ ਆ ਥੱਲੇ ਜਿਹੜਾ ਗੌਰਮੈਂਟ ਦੇ ਪੈਸੇ ਘਰ ਗਏ ਆ, ਆਹ ਜਿਹੜਾ ਡੱਬਾ ਆ ਨਾ ਇਹਦੇ ਵਿੱਚੋਂ ਇਹਦਾ ਸੀਰੀਅਲ ਨੰਬਰ ਨਿਕਲਦਾ। 4.5 ਸੈਂਕੜੇ ਇਹ ਮਤਲਬ ਗੌਰਮੈਂਟ ਦੇ ਘਰ ਪਰਚੀ ਗਈ ਆ, 4.5 ਸੈਂਕੜੇ ਦੇ ਪੈਸੇ ਗਏ ਆ, ਤੇ 11 ਸੈਂਕੜੇ ਸਵਾ 1125 ਫੁੱਟ ਜਿਹੜਾ ਇਹਦੇ ਵਿੱਚ ਰੇਤਾ ਆ ਘੱਟ ਤੋਂ ਘੱਟ। ਇਹ ਮਤਲਬ ਵੱਧ ਹੋ ਸਕਦਾ ਕਿਉਂਕਿ ਇਹਦੀ TC ਵੀ ਨਿਕਲੀ ਆ 50 ਫੁੱਟ ਤੋਂ ਉੱਤੇ, ਇਹਦਾ ਹੋਰ ਹੋਣਾ ਕਹਿਣ ਤੋਂ ਭਾਵ ਮਤਲਬ ਇਹ ਵੀ ਮਤਲਬ ਇਹ ਕਹਿਣ ਮੁਤਾਬਕ ਹੀ ਇਹਦੀ ਜਿਹੜੀ ਬਾਡੀ ਆ ਇਹ ਆਪ ਦੱਸਦਾ ਵੀ ਬਾਡੀ ਤੇ ਥੱਲੇ ਤੇ ਜਿਹੜਾ 9 ਸੈਂਕੜੇ ਰੇਤਾ ਪੈਂਦਾ, 9 ਸੈਂਕੜੇ ਇਹਦੇ ਕਹਿਣ ਮੁਤਾਬਕ ਤੁਸੀਂ ਅੰਦਾਜ਼ਾ ਲਾ ਲਓ ਵੀ 11 ਸੈਂਕੜੇ ਤੋਂ ਘੱਟ ਰੇਤਾ ਨਹੀਂ ਹੈ। ਗੌਰਮੈਂਟ ਦੇ ਘਰ ਕਿੰਨੇ ਗਿਆ? 4.5 ਸੈਂਕੜੇ ਦੇ ਪੈਸੇ ਗਏ ਆ। ਇਸ ਕਰਕੇ ਇਹਨਾਂ ਕੋਲ ਕਿੰਨੇ ਬਚ ਗਏ? 700 ਸੈਂਕੜੇ ਦੇ ਲਗਭਗ ਪੈਸੇ ਇਹਨਾਂ ਦੇ ਕੋਲ ਬਚ ਗਏ। ਇੱਦਾਂ ਇਹ ਰੇਤੇ ਦੇ ਵਿੱਚ ਇੰਨੀ ਮਾਈਨਿੰਗ ਹੈ, ਇੰਨੀ ਲੁੱਟਿਆ ਇਹ, ਤੇ ਇਸ ਕਰਕੇ ਅਸੀਂ ਜਥੇਬੰਦੀਆਂ ਵਾਲੇ ਜਿਹੜੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਮਤਲਬ ਜਿਹੜੀ ਲੋਕਾਂ ਦੀ ਲੁੱਟ ਹੁੰਦੀ ਆ ਇਹ ਲੁੱਟ ਨੂੰ ਰੋਕਿਆ ਜਾਵੇ। ਸਰਕਾਰ ਜਦੋਂ ਆਈ ਸੀ ਉਹਨਾਂ ਨੇ ਕਿਹਾ ਸੀ ਵੀ ਰੇਤਾ ਅਸੀਂ ਲੋਕਾਂ ਨੂੰ ਵੀ ਜਿੰਨਾ ਚਿਰ ਹੱਲੇ ਅਸੀਂ ਉਹਦੀ ਕੋਈ ਪਾਲਿਸੀ ਨਹੀਂ ਬਣਾਉਂਦੇ ਉਹਨਾਂ ਚਿਰ ਜਿਹੜਾ ਉਹ ਲੋਕਾਂ ਨੂੰ ਰੇਤਾ ਜਿਹੜਾ 5 ਰੁਪਏ ਫੁੱਟ ਜਿਹੜਾ ਮਿਲੂਗਾ, ਜਿੱਦਾਂ ਪਹਿਲੀ ਸਰਕਾਰ ਨੇ ਕਿਹਾ ਸੀ। ਅੱਜ ਆਪਾਂ ਦੇਖ ਸਕਦੇ ਹਾਂ ਵੀ ਪਿੰਡਾਂ ਦੇ ਵਿੱਚ ਅੱਜ ਵੀ ਰੇਤੇ ਦਾ ਉਹੀ ਬਲੈਕ ਚੱਲਦੀ ਜਿੱਦਾਂ ਪਹਿਲਾਂ ਚੱਲਦੀ ਸੀ। ਇਸ ਕਰਕੇ ਅਸੀਂ ਜਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਵੀ ਇਹ ਸਰਕਾਰ ਇਹ 'ਤੇ ਕੋਈ ਮਤਲਬ ਜਿਹੜੀ ਆ ਪਾਲਿਸੀ ਬਣਾਵੇ ਤਾਂ ਕਿ ਸਾਡੇ ਲੋਕਾਂ ਨੂੰ ਜਿਹੜਾ ਮਤਲਬ ਲੁੱਟ ਹੋ ਰਹੀ ਆ ਉਹ ਤੋਂ ਰਾਹਤ ਮਿਲੇ। ਅਤੇ ਅਸੀਂ ਪੰਜਾਬ ਸਰਕਾਰ ਕਿਉਂਕਿ ਇਹਦੇ ਨਾਲ ਜਿੱਦਾਂ ਹੁਣ ਇਹਦਾ ਤਾਂ ਫਾਇਦਾ ਹੋ ਸਕਦਾ, ਪਰ ਕੱਲ੍ਹ ਨੂੰ ਇੱਥੇ ਫਰਜ਼ ਕਰ ਲਓ ਇੰਨਾ ਟਰਾਲਾ ਲੱਦਿਆ ਆ ਡਬਲ ਇਹਤੇ ਮਤਲਬ ਲੋਡ ਤੋਂ ਵੀ ਜ਼ਿਆਦਾ ਆ, ਕੱਲ ਨੂੰ ਜਦੋਂ ਇਹਦਾ ਕੋਈ ਟਾਇਰ ਪਲਟਦਾ ਕੋਈ ਇਹਦਾ ਮਤਲਬ ਕੋਈ ਕਮਾਣੀਆਂ ਟੁੱਟਦੀਆਂ, ਜਦੋਂ ਇਹ ਪਲਟਦਾ ਪਰਿਵਾਰਾਂ ਦੇ ਪਰਿਵਾਰ ਹਾਸੇ ਦਾ ਸ਼ਿਕਾਰ ਹੁੰਦੇ ਆ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦੇ ਦੇਵਾਂਗੇ ਮੋੜ ਕੇ? ਕੀ ਉਹਨਾਂ ਦਾ ਪਰਿਵਾਰ ਕੋਈ ਬੱਚਾ ਹੀ ਮੋੜ ਕੇ ਦੇ ਸਕਦੇ ਆ? ਪਰ ਨਹੀਂ ਦੇ ਸਕਦੇ। ਪਰ ਇਸ ਗੱਲ ਨੂੰ ਕੁਛ ਨਹੀਂ ਕਿਹਾ ਜਾ ਸਕਦਾ, ਕੋਈ ਮਤਲਬ ਇਸ ਗੱਲ ਤੇ ਨਹੀਂ, ਨਾ ਸਾਡੀ ਸਰਕਾਰਾਂ ਵੀ ਚੁੱਪਿਆ ਤੇ ਜਿਹੜਾ ਮਤਲਬ ਇਹਨਾਂ ਦਾ ਗੋਦੀ ਮੀਡੀਆ ਸਰਕਾਰਾਂ ਦਾ ਮੀਡੀਆ ਉਹ ਵੀ ਚੁੱਪਿਆ। ਇਹ ਤਾਂ ਸਾਡਾ ਜਿਹੜਾ ਨੌਜਵਾਨ ਜਿਹੜੇ ਸਾਡੇ ਮੋਰਚੇ 'ਚ ਪਹਿਲਾਂ ਰਹੇ ਆ ਜੇ ਹੁਣ ਉਹ ਸਾਡਾ ਲਗਾਤਾਰ ਸਾਥ ਦੇ ਰਹੇ ਆ, ਪਰ ਇਹਦੇ 'ਤੇ ਜਿਹੜਾ ਸਰਕਾਰੀ ਮੀਡੀਆ ਉਹ ਸਾਰਾ ਚੁੱਪ ਬੈਠਾ। ਸੋ ਅਸੀਂ ਜਥੇਬੰਦੀਆਂ ਵੱਲੋਂ ਸੰਯੁਕਤ ਮੋਰਚੇ ਵੱਲੋਂ ਅਸੀਂ ਮਤਲਬ ਭਗਵੰਤ ਮਾਨ ਦੀ ਸਰਕਾਰ ਨੂੰ ਉਮੀਦ ਕਰਦੇ ਬਹੁਤ
लोगों ने उम्मीदा आसा के वोटा पाइया एड्डी वड्डी तुहानू मोहब्बत मिलिया सारे लोगों ने साढ़े कहण तो बिना भी लोगों ने वोटा पाइया भी असी बदल लिया तुहानू बदल दिता इतने ध्यान दिओ तुसीं ताकि जिहड़ी साढ़े लोगों की लुट हो रही है उतों बचा सके। धन्यवाद जी।